ਨਾਭਾ ਦੇ ਹੀਰਾ ਇਨਕਲੇਵ ਇਲਾਕੇ ਵਿੱਚ ਹਰਿਆਲੀ ਲਿਆਓ ਮੁਹਿੰਮ ਤਹਿਤ ਬੂਟੇ ਲਗਾਏ ਗਏ, ਜਿੱਥੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਕਾਂਗਰਸੀ ਆਗੂ ਰਾਕੇਸ਼ ਗਾਬਾ ਦੇ ਨਿਵਾਸ ਤੇ ਪਹੁੰਚੇ ਅਤੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਇਲਾਕੇ ਦੇ ਵਸਨੀਕਾਂ ਨਾਲ ਮੁਲਾਕਾਤ ਕਰ 100 ਦੇ ਕਰੀਬ ਪਾਮ ਤੇ ਫਲਦਾਰ ਤੇ ਹੋਰ ਬੂਟੇ ਵੀ ਲਗਾਏ ਗਏ। ਮੰਤਰੀ ਧਰਮਸੋਤ ਨੇ ਬੂਟੇ ਲਗਾਉਣ ਦੀ ਰਸਮ ਲੋਕਾਂ ਨਾਲ ਮਿਲ ਕੇ ਨਿਭਾਈ। ਇਸ ਵਾਰ ਸਪੈਸ਼ਲ ਆਈ ਹਰਿਆਲੀ ਘਰ ਘਰ ਹਰਿਆਲੀ ਆਈ ਐਪ ਚਾਲੂ ਕੀਤਾ ਸੀ ਘਰ ਘਰ ਹਰਿਆਲੀ ਦਾ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਘੱਟੋ ਘੱਟ ਵੀ ਸਾਡੇ ਨਾਲ 50 ਲੱਖ ਦੇ ਕਰੀਬ ਬੰਦੇ ਸਾਡੇ ਨਾਲ ਜੁੜੇ ਨੇ, ਔਰ ਜਿਹਦੇ 'ਚ ਲਗਾਤਾਰ ਲੋਕ ਨੌਜਵਾਨ ਸਾਰੇ ਧਾਰਮਿਕ ਸੰਸਥਾਵਾਂ ਹੋਰ ਸਾਰੇ ਜਿਹੜੇ ਉੱਘੇ ਸਮਾਜ ਸੇਵਕ ਨੇ ਲੱਖਾਂ ਦੀ ਤਾਦਾਦ 'ਚ ਬੂਟੇ ਲਿਜਾ ਰਹੇ ਨੇ, ਔਰ ਮੈਂ ਕਹਿ ਸਕਦਾ ਕਿ ਅੱਜ ਕਿੰਨੇ ਲੱਖ ਬੂਟਾ 10-15 ਲੱਖ ਤੋਂ ਵੱਧ ਤਾਂ ਚੱਲਿਆ ਗਿਆ, ਲਗਾਤਾਰ ਜਾ ਰਿਹਾ, ਔਰ ਜਿਹੜੇ ਬੂਟੇ ਲੈ ਕੇ ਜਾ ਰਹੇ ਨੇ ਸ਼ੌਕ ਦੇ ਨਾਲ ਉਹ ਲਗਾਉਣਗੇ ਵੀ, ਲਗਾ ਕੇ ਬੜਾ ਜੋਸ਼ ਹੈ ਲੋਕਾਂ ਦੇ ਵਿੱਚ, ਕਿਉਂਕਿ ਜੰਗਲਾਤ ਆ ਜਿਹੜਾ ਰੁੱਖ ਨੇ, ਜਿਸੇ ਸਿਆਣੇ ਨੇ ਕਿਹਾ 1 ਰੁੱਖ 100 ਸੁੱਖ, ਔਰ ਇਸ ਵਾਰ ਲੋਕਾਂ ਦਾ ਇੰਨਾ ਚਾਅ, ਔਰ ਲੋਕ ਬੂਟੇ ਲਿਜਾ ਕੇ ਘਰ ਘਰ ਵੰਡ ਵੀ ਰਹੇ ਨੇ, ਲਾ ਵੀ ਰਹੇ ਨੇ, ਔਰ ਸਾਰੀਆਂ ਸੰਸਥਾਵਾਂ ਬੜੀ ਰੀਝ ਦੇ ਨਾਲ ਲੱਗੀਆਂ। ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।